ਇਸ ਮਹੀਨੇ ਦੇ ਅੰਦਰ ਇਹਨਾਂ ਦਿਨਾਂ ਦੇ ਅੰਦਰ ਇੱਕ ਤਬਕਾ ਐਸਾ ਵੀ ਬਦਬਖਤ ਹੈ, ਮੈਂ ਕਿਸੇ ਸਿਹਾਬੀ ਦੇ ਜ਼ਿਕਰ ਕਰਨ ਦਾ ਮੁਮਕਿਨ ਨਹੀਂ, ਲੇਕਿਨ ਜਾਣ ਬੁੱਝ ਕੇ ਉਸਦੇ ਅਹਲੇ ਬੈਤ ਉਹਨਾਂ ਦੇ ਸੀਨੇ ਦੇ ਅੰਦਰ ਇਤਨਾ ਜ਼ਿਆਦਾ ਹੈ ਕਿ ਉਹ ਅਮੀਰ ਮਾਵੀਆ ਸ਼ਾਨੇ ਅਮੀਰ ਮਾਵੀਆ ਦੀਆਂ ਮਹਿਫਲਾਂ ਸਜਾ ਰਹੇ ਨੇ। ਉਹਨਾਂ ਬਦਬਖਤਾਂ ਨੂੰ ਸੋਚ ਲੈਣਾ ਚਾਹੀਦਾ ਹੈ, ਉਹਨਾਂ ਕਮੀਨੀਆਂ ਨੂੰ ਸੋਚ ਲੈਣਾ ਚਾਹੀਦਾ ਹੈ, ਅਗਰ ਤੂੰ ਸ਼ਾਨੇ ਅਮੀਰ ਮਾਵੀਆ ਦੀਆਂ ਸਜਾਵੇਗਾ ਤਾਂ ਅਸੀਂ ਸੁੰਨੀ ਮੌਜੂਦ ਆ, ਅਸੀਂ ਆਲੇ ਨਬੀ ਦੇ ਮੁਹਿੱਬ ਮੌਜੂਦ ਆ। ਤੁਸੀਂ ਜਿਹੜੀਆਂ ਵੀ ਆਪਣੀਆਂ ਜਾਨਾਂ ਚੱਲਦੇ ਰਹੋਗੇ, ਲੇਕਿਨ ਅਸੀਂ ਅੱਲਾਹ ਦੇ ਪਾਕ ਨਬੀ ਦੇ ਗੁਲਾਮ ਮੌਜੂਦ ਆ। ਅੱਲਾਹ ਦੇ ਪਾਕ ਨਬੀ ਦੀ ਆਜ਼ਾ ਸ਼ਾਨ ਦੇ ਤਜ਼ਕਰਾ ਸੀ ਉਹਨਾਂ ਜ਼ਿਆਦਾ ਜ਼ਿਆਦਾ ਕਰਦੇ ਰਵਾਂਗੇ। ਤੂੰ ਆਖੇਗਾ ਕਿ ਮੈਂ ਸ਼ਾਨੇ ਅਮੀਰ ਮਾਵੀਆ ਹਜ਼ਰਤ ਅਮੀਰ ਮਾਵੀਆ ਦੀ ਸ਼ਾਨ ਬਿਆਨ ਕਰਕੇ ਆਲੇ ਬੈਤ ਦੀ ਸ਼ਾਨ ਨੂੰ ਦਮ ਕਰ ਲਵਾਂਗਾ। ਤੇ ਨਾਦਾਨੀ ਹੈ ਤੇਰੀ ਬੇਵਕੂਫੀ ਹੈ, ਤੂੰ ਯਜ਼ੀਦ ਦਾ ਪੈਰੋਕਾਰ ਹੈ, ਯਜ਼ੀਦ ਦਾ ਪਿੱਠੂ ਹੈ। ਅਗਰ ਯਜ਼ੀਦ ਨੇ ਆਲੇ ਬੈਤ ਦੇ ਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ, ਆਲੇ ਬੈਤ ਦੇ ਜ਼ਿਕਰ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ, ਅੱਜ ਉਹ ਯਜ਼ੀਦ ਖਤਮ ਹੋ ਗਿਆ, ਨਾਮ ਵੀ ਖਤਮ ਹੋ ਗਿਆ, ਲੇਕਿਨ ਅੱਜ ਆਲੇ ਨਬੀ ਦਾ ਨਾਮ ਮੌਜੂਦ ਹੈ, ਅੱਜ ਆਲੇ ਨਬੀ ਦੇ ਨਵਾਸਿਆਂ ਦਾ ਨਾਮ ਮੌਜੂਦ ਹੈ, ਅੱਜ ਹਰ ਜਗ੍ਹਾ ਤੇ ਬੋਲੇ ਸਲਾਮ। ਸਲਾਮ ਯਾ ਹੁਸੈਨ, ਸਲਾਮ ਯਾ ਹੁਸੈਨ, ਸਲਾਮ ਯਾ ਹੁਸੈਨ।